ਕੈਨੇਡਾ ਦਾ ਇੱਕ ਪਿੰਡ ਰਾਤੋਂ ਰਾਤ ਗਾਇਬ ਹੋ ਗਿਆ। ਉਸ ਪਿੰਡ ਦੇ ਲੋਕ ਆਪਣਾ ਘਰ ਬਾਰ ਸਮਾਨ ਸਾਰਾ ਕੁਝ, ਇੱਥੋਂ ਤੱਕ ਜੋ ਚੁੱਲ੍ਹਿਆਂ 'ਤੇ ਖਾਣਾ ਖਾਣ ਲਈ ਧਰਿਆ ਸੀ ਉਹ ਵੀ ਬਣਦਾ ਛੱਡ ਕੇ ਚਲੇ ਗਏ। 26 ਨਵੰਬਰ 1930 ਨੂੰ ਕੈਨੇਡਾ ਦੇ ਇੱਕ ਅਖਬਾਰ ਵਿੱਚ ਖਬਰ ਛਪਦੀ ਹੈ ਜਿਸ ਦੀ ਹੈੱਡਲਾਈਨ ਹੁੰਦੀ ਹੈ ਦ ਵਿਲੇਜ ਆਫ ਡੈੱਡ ਮਿਸਟਰੀ ਆਫ ਆਰਕਟਿਕ। ਇਸ ਖਬਰ ਨੇ ਇੱਕ ਵਾਰ ਕੈਨੇਡਾ ਦੇ ਲੋਕਾਂ ਨੂੰ ਸੁੰਨ ਕਰ ਦਿੱਤਾ। ਇਸ ਖਬਰ ਨਾਲ ਕੈਨੇਡਾ ਦੇ ਲੋਕਾਂ ਵਿੱਚ ਡਰ ਦੀ ਖਬਰ ਫੈਲ ਗਈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿ ਰਾਤੇ ਰਾਤ ਨੌਰਥ ਕੈਨੇਡਾ ਦਾ ਇੱਕ ਕਬੀਲਾ, ਇੱਕ ਬਸਤੀ ਗਾਇਬ ਹੋ ਗਈ। ਐਸਕੀਮੋ ਟ੍ਰਾਈਬ ਨਾਮ ਦਾ ਇੱਕ ਕਬੀਲਾ ਜੋ ਕਿ ਨੌਰਥ ਕੈਨੇਡਾ ਦੀ ਲੇਕ ਅੰਜੀਕੁਣੀ ਦੇ ਕਿਨਾਰੇ ਰਹਿੰਦਾ ਸੀ। ਇਸ ਕਬੀਲੇ ਵਿੱਚ ਕਰੀਬ 100 ਤੋਂ 150 ਲੋਕ ਸਨ, ਜਿਸ ਦੇ 15 ਤੋਂ 20 ਘਰ ਸਨ ਜੋ ਮਛਲੀਆਂ ਫੜ ਕੇ ਜਾਂ ਛੋਟਾ ਮੋਟਾ ਸ਼ਿਕਾਰ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਨੌਰਥ ਕੈਨੇਡਾ ਦਾ ਇਹ ਉਹ ਏਰੀਆ ਹੈ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਕਿਲੋਮੀਟਰ ਵਾੜ ਦੇ ਏਰੀਏ ਵਿੱਚ ਕੁਝ ਹੀ ਲੋਕ ਰਹਿੰਦੇ ਹਨ, ਕਿਉਂਕਿ ਇੱਥੇ ਵੈਦਰ ਬਹੁਤ ਜ਼ਿਆਦਾ ਖਰਾਬ ਹੈ, ਇੱਥੇ ਬਰਫ਼ ਜ਼ਿਆਦਾ ਪੈਂਦੀ ਹੈ। ਕੁਝ ਆਸ ਪਾਸ ਦੇ ਕਬੀਲਿਆਂ ਦੇ ਸ਼ਿਕਾਰੀ ਜਾਂ ਹੋਰ ਇਲਾਕਿਆਂ ਦੇ ਸ਼ਿਕਾਰੀ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਨਵੰਬਰ 1930 ਦਾ ਉਹ ਦਿਨ ਸੀ ਜਦੋਂ ਜੌ ਲੇਬਲ ਨਾਮ ਦਾ ਇੱਕ ਸ਼ਿਕਾਰੀ ਕਿਸੇ ਇਲਾਕੇ ਵਿੱਚੋਂ ਇਸ ਕਬੀਲੇ ਦੇ ਆਸ ਪਾਸ ਸ਼ਿਕਾਰ ਕਰਨ ਲਈ ਆਇਆ ਅਤੇ ਉਸ ਨੂੰ ਇੱਥੇ ਰਾਤ ਪੈ ਜਾਂਦੀ ਹੈ। ਉਹਨੂੰ ਅੱਗੇ ਵੀ ਇੱਥੇ ਕਈ ਵਾਰ ਰਾਤ ਪੈ ਜਾਂਦੀ ਸੀ ਸ਼ਿਕਾਰ ਕਰਨ ਆਇਆ, ਅਤੇ ਉਹ ਇੱਥੇ ਜੋ ਨਾਲ ਕਬੀਲਾ ਉੱਥੇ ਜਾ ਕੇ ਰਾਤ ਕੱਟ ਲੈਂਦਾ ਸੀ, ਕਿਉਂਕਿ ਉੱਥੋਂ ਦੇ ਕਬੀਲੇ ਦੇ ਲੋਕ ਆਓ ਭਗਤੀ ਬਹੁਤ ਕਰਦੇ ਸਨ, ਉਹ ਮਸ਼ਹੂਰ ਸਨ ਕਿਸੇ ਦੇ ਆਉਣ ਦੇ ਸਵਾਗਤ ਕਰਨ ਵਿੱਚ। ਇਸ ਵਾਰ ਜਦੋਂ ਉਸਨੂੰ ਰਾਤ ਪਈ, ਚਾਂਦਨੀ ਰਾਤ ਸੀ, ਉਸਨੇ ਸਮਾਨ ਬੰਨਿਆ ਅਤੇ ਉਹ ਕਬੀਲੇ ਵੱਲ ਵਧਿਆ। ਜਿਉਂ ਹੀ ਉਹ ਕਬੀਲੇ ਵੱਲ ਜਾ ਰਿਹਾ ਸੀ ਅਤੇ ਸੁੰਨਸਾਨ ਪਸਰੀ ਹੋਈ ਸੀ ਉਹ ਇਲਾਕੇ ਦੇ ਵਿੱਚ, ਸ਼ਾਂਤੀ ਦਾ ਮਾਹੌਲ ਸੀ। ਜਿਵੇਂ ਜਿਵੇਂ ਉਹ ਕਬੀਲੇ ਵੱਲ ਵੱਧਦਾ ਗਿਆ ਅਤੇ ਉਸ ਨੂੰ ਕੁਛ ਵੀ ਸੁਣਾਈ ਨਹੀਂ ਦੇ ਰਿਹਾ ਸੀ ਇਸ ਵਾਰ, ਜਦੋਂ ਕਿ ਉੱਥੋਂ ਦੇ ਲੋਕ ਅਕਸਰ ਹੀ ਬੋਲਦੇ ਸਨ, ਚੀਕਦੇ ਕੂਕਦੇ ਸਨ, ਕੁੱਤੇ ਭੌਂਕਦੇ ਸਨ। ਇਸ ਵਾਰ ਨਾ ਤਾਂ ਕੋਈ ਕੁੱਤਾ ਭੌਂਕ ਰਿਹਾ ਸੀ, ਨਾ ਕੋਈ ਬੋਲ ਰਿਹਾ ਸੀ, ਉਸਨੂੰ ਕੁਛ ਵੀ ਸੁਣਾਈ ਨਹੀਂ ਦੇ ਰਿਹਾ ਸੀ। ਜਦੋਂ ਕਬੀਲੇ ਦੇ ਨੇੜੇ ਪਹੁੰਚਿਆ, ਉਹਨਾਂ ਘਰਾਂ ਦੇ ਨੇੜੇ ਪਹੁੰਚਿਆ, ਅਤੇ ਉਹਨਾਂ ਦੇ ਘਰਾਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਸ਼ਾਇਦ ਕੋਈ ਪਕਵਾਨ ਬਣ ਰਹੇ ਹੋਣ, ਸ਼ਾਇਦ ਕੋਈ ਪ੍ਰੋਗਰਾਮ ਹੋਵੇ, ਇਸ ਕਰਕੇ ਸ਼ਾਂਤੀ ਹੋਵੇ। ਜਦੋਂ ਉਹ ਘਰਾਂ ਦੇ ਅੰਦਰ ਜਾਂਦਾ ਹੈ ਅਤੇ ਵੇਖਦਾ ਹੈ ਚੁੱਲ੍ਹਿਆਂ ਦੇ ਉੱਪਰ ਖਾਣਾ ਬਣਾਉਣ ਲਈ ਧਰਿਆ ਹੁੰਦਾ ਹੈ, ਉਹ ਗਲ ਸੜ ਚੁੱਕਾ ਹੈ, ਉਸ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਮਹਿਸੂਸ ਇੰਝ ਹੁੰਦਾ ਸੀ ਜਿਵੇਂ ਉਹ ਖਾਣਾ ਬਣਾਉਣ ਲਈ ਰੱਖਿਆ ਹੁੰਦਾ ਹੈ, ਅਤੇ ਪਰ ਉੱਥੇ ਖਾਣ ਲਈ ਕੋਈ ਵੀ ਨਹੀਂ ਸੀ। ਉਹਨੇ ਆਸੇ ਪਾਸੇ ਹੋਰਾਂ ਘਰਾਂ 'ਚ ਵੀ ਵੇਖਿਆ, ਉਸਨੇ ਮਹਿਸੂਸ ਕੀਤਾ ਕਿ ਸੂਈਆਂ ਵਿੱਚ ਧਾਗੇ ਪਏ ਹੋਏ ਸਨ, ਮਸ਼ੀਨਾਂ ਪਈਆਂ ਹੋਈਆਂ ਸਨ, ਪਰ ਕੋਈ ਵੀ ਸਿਲਾਈ ਕਰਨ ਵਾਲੀ ਔਰਤ ਨਹੀਂ ਸੀ। ਕੁੱਤੇ ਵੇਖੇ, ਕੁੱਤਿਆਂ ਦੇ ਗਲਾਂ ਵਿੱਚ ਜੋ ਭੌਂਕਦੇ ਸਨ, ਉਹਨਾਂ ਦੇ ਗਲਾਂ ਵਿੱਚ ਪਟੇ ਪਾਏ ਹੋਏ ਸਨ, ਪਰ ਕੁੱਤੇ ਵੀ ਭੁੱਖ ਨਾਲ ਮਰ ਚੁੱਕੇ ਸਨ। ਉਹ ਦੇਖ ਕੇ ਅਜਿਹਾ ਸੁੰਨਸਾਨ ਇਲਾਕਾ ਉਸਨੂੰ ਮਹਿਸੂਸ ਹੋਇਆ, ਉਹ ਹੈਰਾਨ ਸੀ ਇਹ ਏਰੀਏ ਨੂੰ ਵੇਖ ਕੇ ਕਿ ਇਹ ਲੋਕ ਗਏ ਕਿੱਥੇ। ਉਹ ਉਹਨਾਂ ਲੋਕਾਂ ਨੂੰ ਜਾਣਦਾ ਸੀ, ਕਿਉਂਕਿ ਜੇ ਉਹ ਲੋਕ ਕਿਤੇ ਸ਼ਿਕਾਰ ਕਰਨ ਲਈ ਜਾਂਦੇ ਸਨ ਤਾਂ ਉਹ ਕੁੱਤੇ ਨਾਲ ਲੈ ਕੇ ਜਾਂਦੇ ਸਨ। ਉਹ ਕੁੱਤੇ ਮਰਿਆਂ ਨੂੰ ਵੇਖ ਕੇ ਉਹਨੂੰ ਮਹਿਸੂਸ ਹੁੰਦਾ ਸੀ ਕਿ ਇਹ ਕੋਈ ਅਣਹੋਣੀ ਹੋਈ ਹੈ, ਜਾਂ ਤਾਂ ਉਹਨਾਂ ਨੂੰ ਲੋਕਾਂ ਨੂੰ ਕੋਈ ਲੈ ਗਿਆ ਹੈ ਚੌਕੇ, ਜਾਂ ਉਹ ਆਪ ਦੀ ਆਪ ਕਿਤੇ ਚੱਲ ਗਏ ਹਨ। ਸ਼ਿਕਾਰੀ ਜੋ ਜਲਦੀ ਤੋਂ ਜਲਦੀ ਇੱਕ ਟੈਲੀਗ੍ਰਾਫ ਆਫਿਸ ਵਿੱਚ ਪਹੁੰਚਿਆ ਅਤੇ ਉਹਨੇ ਕੈਨੇਡੀਅਨ ਪੁਲਿਸ ਨੂੰ ਫੋਨ 'ਤੇ ਸਾਰੀ ਕਹਾਣੀ ਦੱਸੀ ਜੋ ਉੱਥੇ ਉਸਨੇ ਆਪਣੀ ਅੱਖੀਂ ਦੇਖਿਆ। ਪੁਲਿਸ ਕਬੀਲੇ ਵਿੱਚ ਪਹੁੰਚੀ, ਉਹਨਾਂ ਨੇ ਪੁਲਿਸ ਨੇ ਦੇਖਿਆ, ਇਨਕੁਆਇਰੀ ਕੀਤੀ ਕਿ ਕੋਈ ਵੀ ਕਬੀਲੇ ਵਿੱਚ ਨਹੀਂ ਹੈ। ਸ਼ਾਇਦ ਉਹਨਾਂ ਨੂੰ ਲੱਗਾ ਕਿ ਕਿਸੇ ਨੇ ਹਮਲਾ ਕੀਤਾ, ਪਰ ਕੋਈ ਖੂਨ ਨਹੀਂ ਸੀ ਉੱਥੇ ਡੁੱਲਿਆ ਹੋਇਆ, ਸਮਾਨ ਨਹੀਂ ਖਿਲਰਿਆ ਹੋਇਆ ਸੀ, ਸਮਾਨ ਇਉਂ ਦਾ ਇਉਂ ਪਿਆ ਹੋਇਆ ਸੀ।
ਪੁਲਿਸ ਨੇ ਆਪਣੀ ਇਨਕੁਆਇਰੀ ਵਿੱਚ ਇਹ ਬਿਆਨ ਜ਼ਰੂਰ ਦਿੱਤੇ ਕਿ ਜੋ ਸ਼ਿਕਾਰੀ ਦੇ ਆਉਣ ਤੋਂ 10-15 ਦਿਨ ਪਹਿਲਾਂ ਹੀ ਇਹ ਕਬੀਲੇ ਦੇ ਲੋਕ ਗਾਇਬ ਹੋਏ ਹਨ, ਪਰ 8-10 ਮਹੀਨਿਆਂ ਬਾਅਦ ਪੁਲਿਸ ਨੇ ਇਹ ਕੇਸ ਅਨਸੋਲਵਡ, ਭਾਵ ਵੀ ਇਹ ਸੋਲਵ ਨਹੀਂ ਹੋ ਸਕਦਾ, ਇਹ ਠੱਪਾ ਲਾ ਕੇ ਫਾਈਲ ਨੂੰ ਬੰਦ ਕਰ ਦਿੱਤਾ। 50 ਸਾਲ ਤੱਕ ਇਹਦਾ ਕੋਈ ਵੀ ਖਬਰ ਨਹੀਂ ਮਿਲੀ। 50 ਸਾਲਾਂ ਤੋਂ ਬਾਅਦ ਕਈ ਲੋਕਾਂ ਨੇ, ਕੈਨੇਡਾ ਦੇ ਲੋਕਾਂ ਨੇ ਆਰਟੀਕਲ ਲਿਖੇ, ਇਹਨਾਂ ਦੇ ਖੋਜ ਸਰਚ ਲਿਖਣੇ ਸ਼ੁਰੂ ਕਰ ਦਿੱਤੇ, ਅਤੇ ਇੱਕ ਸਾਹਿਤਕਾਰ ਨੇ ਅਜਿਹੀ ਗੱਲ ਲਿਖੀ ਕਿ ਏਲੀਅਨ ਇਸ ਲੋਕਾਂ ਨੂੰ ਲੈ ਕੇ ਆਪਣੇ ਨਾਲ ਚਲੇ ਗਏ, ਕਿ ਉੱਪਰੋਂ ਆਸਮਾਨ ਤੋਂ ਏਲੀਅਨ ਉੱਤਰੇ ਸਨ, ਇਹਨਾਂ ਦੇ ਕਬੀਲੇ ਦੇ ਵਿੱਚ ਆਏ ਅਤੇ ਉਹ ਇਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਚਲੇ ਗਏ। ਪਰ ਸੱਚਾਈ ਕੀ ਹੈ? ਅੱਜ ਤੱਕ ਕੈਨੇਡਾ ਸਰਕਾਰ ਜਾਂ ਕੋਈ ਵੀ ਲੋਕ ਇਸ ਨੂੰ ਨਹੀਂ ਜਾਣਦੇ। ਇਸ ਘਟਨਾ ਦਾ ਕੋਈ ਵੀ ਠੋਸ ਸਬੂਤ ਨਹੀਂ ਹੈ। ਕੋਈ ਤਾਂ ਇਸ ਨੂੰ ਇਤਿਹਾਸ ਆਖਦਾ ਹੈ ਅਤੇ ਕੋਈ ਇਸ ਨੂੰ ਇਤਿਹਾਸ ਦੇ ਨਾਲ ਜੋੜਦਾ ਹੈ। ਜੇਕਰ ਤੁਸੀਂ ਵੀ ਕੋਈ ਇਸ ਘਟਨਾ ਬਾਰੇ ਜਾਣਦੇ ਹੋ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ। ਧੰਨਵਾਦ।